ਸਤਿ ਸ਼੍ਰੀ ਅਕਾਲ ਜੀ। ਦੋਖ ਲੈਣਾ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਬਾਰੇ ਕਿ ਪਿੰਟਰਾਂ ਵਾਲਿਆਂ ਸੰਤਾਂ ਦੇ ਅਸੀਂ ਬੜੇ ਹੀ ਨਾਰੇ ਲਾਏ ਨੇ, ਕਈ ਕੌਮ ਮੇਰੀ ਨੇ ਚੜ੍ਹਦੇ ਹੀਰੇ ਚੜ੍ਹਦੀ ਉਮਰੇ ਗਵਾਏ ਨੇ, ਡੇਰਿਆਂ 'ਤੇ ਗੱਦਾਰਾਂ ਕਰਕੇ ਸਿੱਖ ਹੇਠਾਂ ਹੀ ਡਿੱਗਦੇ ਆਏ ਨੇ, ਇਹ ਧਰਮ ਮੇਰੇ ਨੂੰ ਵੰਡ ਕੇ ਖਾਂਦੀਆਂ ਸਰਕਾਰਾਂ ਰੰਗ ਵਿਖਾਏ ਨੇ, ਉਹ ਕਦੋਂ ਤੋਂ ਬਿਖਰੀ ਕੌਮ ਨੂੰ ਮੈਨੂੰ ਲੱਗੇ ਪਿਆ ਕੋਈ ਮੋੜ ਹੈ, ਇੱਕ ਗੁਰੂ ਦੀ ਬਖਸ਼ ਵਾਲਾ ਹੀ ਸਿੰਘ ਸਾਨੂੰ ਫਿਰ ਰਿਹਾ ਹੁਣ ਜੋੜ ਹੈ, ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੇਰੀ ਕੌਮ ਨੂੰ ਬੜੀ ਹੀ ਲੋੜ ਹੈ, ਇਹ ਚੜ੍ਹਦੀ ਕਲਾ ਵਾਲੇ ਸਿੰਘਾਂ ਦੀ ਮੇਰੇ ਧਰਮ ਨੂੰ ਬੜੀ ਹੀ ਲੋੜ ਹੈ, ਮੇਰੇ ਪੰਥ ਨੂੰ ਬੜੀ ਹੀ ਲੋੜ ਹੈ। ਸਿੰਘਾਂ ਦੀ ਰਿਹਾਈ ਦੀ ਗੱਲ ਉਹ ਰੱਖੀ ਜਾਂਦੇ ਨੇ, ਨਵੀਂ ਪੀੜ੍ਹੀ ਨੂੰ ਅਣਖਾਂ ਦੇ ਗੁਰ ਦੱਸੀ ਜਾਂਦੇ ਨੇ, ਇਹ ਕਲਗੀਧਰ ਦੇ ਸ਼ੇਰ ਦੀ ਮੁੱਢ ਤੋਂ ਹੀ ਰਹੀ ਚੜ੍ਹਾਈ ਹੈ, ਸੰਤਾਂ ਦੀਆਂ ਬੋਲਾਂ ਦੀ ਉਹਨਾਂ ਕੀਤੀ ਹੋਈ ਪੜ੍ਹਾਈ ਹੈ, ਉਹ ਮੁੜ੍ਹ ਤੋਂ ਚੱਲਣ ਵਾਲੀ ਲੱਗਦਾ ਰੁਕ ਹੀ ਗਈ ਸੀ, ਪਰ ਅਣਖਾਂ ਵਾਲੇ ਰੀਤ ਇਹਨਾਂ ਮੁੜ ਅੱਗੇ ਵਧਾਈ ਹੈ। ਉੱਠ ਉਹ ਸਿੱਖਾ ਇਕਜੁੱਟ ਹੋ ਜਾ, ਹੁਣ ਸਮਾਂ ਬੜਾ ਅਨਮੋਲ ਹੈ, ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੇਰੀ ਕੌਮ ਨੂੰ ਬੜੀ ਹੀ ਲੋੜ ਹੈ, ਇਹ ਚੜ੍ਹਦੀ ਕਲਾ ਵਾਲੇ ਸਿੰਘਾਂ ਦੀ ਮੇਰੀ ਕੌਮ ਨੂੰ ਬੜੀ ਹੀ ਲੋੜ ਹੈ, ਮੇਰੇ ਧਰਮ ਨੂੰ ਬੜੀ ਹੀ ਲੋੜ ਹੈ। ਸਰਕਾਰਾਂ ਹੁਣ ਗੱਲਾਂ ਨਹੀਂ ਸੁਣਦੀਆਂ, ਇਹ ਵੋਟਾਂ ਦੀਆਂ ਬਸ ਭੁੱਖੀਆਂ ਨੇ, ਜੋ ਕੌਮ ਮੇਰੇ ਨੂੰ ਖੂਰਾ ਲਾਉਂਦੀਆਂ ਇਹਨਾਂ ਉੱਧਰ ਅੱਖਾਂ ਚੁੱਕੀਆਂ ਨੇ, ਧਰਮ ਮੇਰੇ ਦੇ ਮੋਹਰੀ ਬੰਦੇ ਸਭ ਨੂੰ ਸ਼ੱਕੀ ਪਏ ਲੱਗਦੇ ਨੇ, ਇਹ ਸਿੱਖਾਂ ਦੀ ਕਮਾਨ ਸਾਂਭਣ ਵਾਲੇ ਕਿਉਂ ਕਿਸੇ ਦੇ ਇਸ਼ਾਰੇ 'ਤੇ ਨੱਚਦੇ ਨੇ, ਇਹ ਝੂਠ 'ਤੇ ਲੱਗਣ ਸੱਜਣ ਬਣੇ ਕਿਉਂ ਵੈਰੀ ਹੋ ਗਏ ਸੱਚਦੇ ਨੇ, ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿਉਂ ਜ਼ਿੰਮੇਵਾਰੀ ਤੋਂ ਪਏ ਨੱਠਦੇ ਨੇ। ਧਰਮ ਧਰੋਹੀਆਂ ਦੀ ਅੱਜ ਕੱਲ੍ਹ ਬੜੀ ਹੀ ਹੋੜ ਹੈ, ਸਿੱਖ ਦੀ ਗੱਲ ਨਹੀਂ ਸੁਣਦਾ, ਮੇਰਾ ਦਿਲ ਗਿਆ ਝੰਜੋੜ ਹੈ, ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੇਰੀ ਕੌਮ ਨੂੰ ਬੜੀ ਹੀ ਲੋੜ ਹੈ, ਇਹ ਚੜ੍ਹਦੀ ਕਲਾ ਵਾਲੇ ਸਿੰਘਾਂ ਦੀ ਮੇਰੀ ਕੌਮ ਨੂੰ ਬੜੀ ਹੀ ਲੋੜ ਹੈ, ਮੇਰੇ ਧਰਮ ਨੂੰ ਬੜੀ ਹੀ ਲੋੜ ਹੈ। ਪੜ੍ਹੋ ਗੁਰਬਾਣੀ, ਕਰੋ ਅਰਦਾਸਾਂ ਲੋਹੀਆਂ ਦੇ ਹਰਪਾਲ ਦੀ, ਇਹ ਸਭ ਨੂੰ ਬੇਨਤੀ ਹੱਥ ਜੋੜ ਹੈ, ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੇਰੀ ਕੌਮ ਨੂੰ ਬੜੀ ਹੀ ਲੋੜ ਹੈ, ਮੇਰੇ ਧਰਮ ਨੂੰ ਬੜੀ ਹੀ ਲੋੜ ਹੈ, ਮੇਰੇ ਪੰਥ ਨੂੰ ਬੜੀ ਹੀ ਲੋੜ ਹੈ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।